ਪੰਜਾਬ ਸਰਕਾਰ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸੇ ਤਹਿਤ ਇੱਕ ਸ਼ਿਕਾਇਤ ਦੇ ਆਧਾਰ ਤੇ ਮਾਈਨਿੰਗ ਟੀਮ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਖੇੜਾ ਕਲ ਮੋੜ ਤੇ ਛਾਪੇਮਾਰੀ ਕੀਤੀ ਗਈ ਹੈ, ਜਿੱਥੇ ਟੀਮ ਵੱਲੋਂ ਮੌਕੇ ਤੇ ਇੱਕ ਮਸ਼ੀਨ ਅਤੇ ਟਿੱਪਰ ਦੇ ਨਾਲ ਨਾਲ ਦਸਮੇਸ਼ ਸਟੋਨ ਕ੍ਰੈਸ਼ਰ ਨੂੰ ਚਲਾਉਣ ਵਾਲੇ ਅਤੇ ਉਸਦੇ ਮਾਲਕ ਖਿਲਾਫ ਗੈਰ ਕਾਨੂੰਨੀ ਮਾਈਨਿੰਗ ਕਰਨ ਦੇ ਦੋਸ਼ ਤਹਿਤ ਪਰਚਾ ਦਰਜ ਕੀਤਾ ਹੈ। ਦਸਮੇਸ਼ ਸਟੋਨ ਕ੍ਰੈਸ਼ਰ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਮਾਈਨਿੰਗ ਦਾ ਧੰਦਾ ਜ਼ਿਲ੍ਹੇ ਦੇ ਇੱਕ ਸੀਨੀਅਰ ਕਾਂਗਰਸੀ ਨੇਤਾ ਦੇ ਇਸ਼ਾਰੇ ਤੇ ਕੀਤਾ ਜਾ ਰਿਹਾ ਸੀ। ਤੁਹਾਨੂੰ ਦੱਸ ਦਈਏ ਕਿ ਦਸਮੇਸ਼ ਸਟੋਨ ਕ੍ਰੈਸ਼ਰ ਦੇ ਮਾਲਕ ਨੇ ਇਸ ਕ੍ਰੈਸ਼ਰ ਨੂੰ ਕਿਸੇ ਹੋਰ ਵਿਅਕਤੀ ਨੂੰ ਠੇਕੇ ਤੇ ਦਿੱਤਾ ਹੋਇਆ ਹੈ ਅਤੇ ਜਿਸ ਵਿਅਕਤੀ ਨੇ ਇਸ ਠੇਕੇ ਤੇ ਇਸ ਨੂੰ ਲਿਆ ਹੋਇਆ ਹੈ ਉਹ ਰੂਪਨਗਰ ਜ਼ਿਲ੍ਹੇ ਦੇ ਕਿਸੇ ਸੀਨੀਅਰ ਕਾਂਗਰਸੀ ਨੇਤਾ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਹੜਾ ਪਰਸੋਂ 6-7 ਦੀ ਜਿਹੜੀ ਦਰਮਿਆਨੀ ਰਾਤ ਹੈ ਇਹਦੇ ਦੌਰਾਨ ਤਹਿਸੀਲਦਾਰ ਨੰਗਲ ਨੇ ਚੈਕਿੰਗ ਕੀਤੀ ਸੀ, ਜਿਹਦੇ 'ਚ ਉਹਨੂੰ ਖੇੜਾ ਜੋਨ 'ਚ ਜਿਹੜਾ ਇੱਕ ਸਟੋਨ ਕ੍ਰੈਸ਼ਰ ਹੈਗਾ ਉਹਦੇ ਨੇੜੇ ਮਾਈਨਿੰਗ ਦੀ ਕਰਦੇ ਵਹੀਕਲ ਮਿਲੇ ਸੀ, ਮਸ਼ੀਨ 'ਤੇ ਜਿਹੜਾ ਇੱਕ ਟਿੱਪਰ, ਇਹਦੇ ਆਧਾਰ 'ਤੇ ਫਿਰ ਕੱਲ੍ਹ ਮਾਈਨਿੰਗ ਡਿਪਾਰਟਮੈਂਟ ਦੀ ਟੀਮ ਬੁਲਾਈ ਗਈ ਸੀ, ਜਿਨ੍ਹਾਂ ਨੇ ਉੱਥੇ ਜਾਂਚ ਪੜਤਾਲ ਕਰਨ ਤੋਂ ਬਾਅਦ ਸਾਨੂੰ ਇੱਕ ਰਿਟਨ ਕੰਪਲੇਂਟ ਦਿੱਤੀ, ਜਿਹਦੇ ਆਧਾਰ 'ਤੇ ਅਸੀਂ ਸਟੋਨ ਕ੍ਰੈਸ਼ਰ ਆਪਰੇਟਰ ਅਤੇ ਪਲੱਸ ਜਿਹੜੇ ਮਸ਼ੀਨਾਂ ਦੇ ਆਪਰੇਟਰ ਆ ਉਹਨਾਂ ਦੇ ਖਿਲਾਫ ਅਸੀਂ ਕਦਮ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ। ਠੀਕ ਹੈ, ਇਹ ਕ੍ਰੈਸ਼ਰ ਦਸਮੇਸ਼ ਸਟੋਨ ਕ੍ਰੈਸ਼ਰ ਖੇੜਾ ਕਲਮੋਟ ਹੈ। ਠੀਕ ਹੈ, ਇੱਥੇ ਮਾਲਕ ਤਾਂ ਹੋਇਆ ਕ੍ਰੈਸ਼ਰ ਤੇ, ਇਹਦਾ ਆਪਰੇਟਰ ਜਿਹੜਾ ਮਤਲਬ ਜੋ ਚਲਾ ਰਹੇ ਹਨ। ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਕੁਮਾਰ ਦੀ ਰਿਪੋਰਟ, ਪੰਜਾਬ ਟੂਡੇ।